ਦੇਖੋ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਜੋ ਸ਼ਹੀਦਾਂ ਦੀ ਜਥੇਬੰਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਹਨ ਬੜੀ ਸੋਚ ਸਮਝ ਨਾਲ ਇਸ ਵਾਰ ਜੋ ਸੀਟਾਂ ਹਨ ਉਹ ਦੇ ਦੇ ਹਨ ਗੱਲ ਰਹੀ ਜਿਹੜੇ ਬੰਦੇ ਸਰਨੇ ਨੂੰ ਛੋੜ ਕੇ ਆਏ ਸਰਨੇ ਦੀ ਉਹ ਕਮਰ ਉਹਨਾਂ ਨੇ ਤੋੜ ਦਿੱਤੀ ਹੈ ਕਿਉਂਕਿ ਉਹ ਲੋਕ ਉਹਦੇ ਕੋਲ ਨੂੰ ਦੁਖੀ ਸੀ ਕਿਉਂਕਿ ਉਹ ਪ੍ਰਾਈਵੇਟ ਕੰਪਨੀ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਿਹਾ ਸੀ ਕਿਉਂਕਿ ਉਹ ਖੁਦ ਵਪਾਰੀ ਹੈ ਉਹ ਉਹਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਪਾਰੀਕਰਨ ਕਰਕੇ ਇਹ ਲੋਕ ਉਹਦੇ ਕੋਲੋਂ ਸਾਲ ਡੇਢ ਸਾਲ ਤੋਂ ਦੁਖੀ ਸੀ ਅੱਜ ਇਹ ਜੋ ਲੋਕ ਹਨ ਸ਼੍ਰੋਮਣੀ ਅਕਾਲੀ ਦਲ ਜੋ ਸ਼ਹੀਦਾ ਦੀ ਜਥੇਬੰਦੀ ਹੈ ਆਪਣੀ ਕਾਰ ਇਹਨਾਂ ਨੇ ਵਾਪਸੀ ਕੀਤੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਪਹਿਲੇ ਹੀ ਪਰਾਤ ਹਾਸਲ ਕੀਤੀ ਪਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਇੱਥੇ ਅਤਾਸਿਕ ਜਿੱਤ ਹੋਏਗੀ ਪੰਜਾਬ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਤੋਂ ਬਾਅਦ ਸਰਦ ਸੁਖਬੀਰ ਸਿੰਘ ਬਾਦਲ ਦੀ ਅੱਛੀ ਸੋਚ ਦੀ ਵਜ੍ਹਾ ਨਾਲ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਅਤਾਸਿਕ ਜਿੱਤ ਹਾਸਲ ਹੋਏਗੀ ਹੋਰ ਬੰਦੇ ਵੀ ਜੋ ਹਨ ਜੋ ਸਰਨੇ ਦੇ ਵਪਾਰੀ ਕਰਨ ਤੋਂ ਦੁਖੀ ਹਨ ਉਹ ਵੀ ਛੋੜ ਕੇ ਆ ਰਹੇ ਹਨ ਅਸੀਂ ਉਸ ਪਰਮਾਤਮਾ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਹਾਂ ਜਿਹੜੇ ਹੋਰ ਵੀ ਲੋਕ ਹਨ ਜਿਨ੍ਹਾਂ ਨੇ ਸਰਨਾ ਦੇ ਪ੍ਰਤੀ ਗੁੱਸਾ ਹੈ ਉਹ ਇਸ ਵਾਰੀ ਆਪਣੀ ਬੈਲਟ ਪੇਪਰ ਤੇ ਸ਼੍ਰੋਮਣੀ ਵਾਲਟੀ ਦੇ ਉੱਤੇ ਮੋੜ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਣਗੇ ਮੈਂ ਇੱਕ ਵਾਰੀ ਫਿਰ ਉਹਨਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਬੰਦੇ ਛੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਹਨ